ਪੰਜਾਬ ਦੀਆਂ 8 ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਦੌਰਾਨ 10 ਵਜੇ ਤੱਕ ਸਵੇਰੇ ਮੋਹਾਲੀ 'ਚ 13% ਵੋਟਿੰਗ ਦਰਜ ਕੀਤੀ ਗਈ ਹੈ। ਜਲੰਧਰ ਵਿੱਚ 14%, ਪਠਾਨਕੋਟ ਵਿੱਚ 15%, ਰੋਪੜ ਵਿੱਚ 8%, ਫਾਜ਼ਿਲਕਾ ਵਿੱਚ 25%, ਅੰਮ੍ਰਿਤਸਰ 'ਚ 14% ਅਤੇ ਬਠਿੰਡਾ 'ਚ 22.5% ਵੋਟਿੰਗ ਦਰਜ ਕੀਤੀ ਗਈ ਹੈ। ਉਧਰ ਮੋਗਾ ਵਿੱਚ 8.38%, ਨਵਾਂਸ਼ਹਿਰ ਵਿੱਚ 13.49%, ਗੁਰਦਾਸਪੁਰ 'ਚ 15%, ਤਰਨ ਤਾਰਨ 'ਚ 22.19% ਅਤੇ ਸੰਗਰੂਰ ਵਿੱਚ 14.25% ਪੋਲਿੰਗ ਦਰਜ ਕੀਤੀ ਗਈ ਹੈ।